ਪੈਂਟ 4600 ਪ੍ਰਾਈਸ ਸੀ ਇਹਦਾ ਬਾਜੂ ਅੱਜ 2300 ਰੁਪਏ ਦਾ ਕਿੰਨੇ ਦਾ ਸਲਵਾਰ ਦੇ ਪੌਂਚੇ ਆ ਲੋ ਵੀ 4600 ਰੁਪਏ ਦਾ ਸੂਟ ਟੀ ਜੀ ਇਹ ਤੁਹਾਨੂੰ ਰੱਖਦੀ ਦੇ ਇਹ ਬਾਜੂ ਔਰ ਪੌਂਚੇ ਦੋਨਾਂ ਤੇ ਕਢਾਈ ਸਿਰਫ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਹਾਂ ਫਿਰ ਤੋਂ ਕਿਲਾ ਕਲੋਥ ਹਾਊਸ ਤੇ ਦੇਖਦੇ ਹਾਂ ਆਪਾਂ ਇੱਥੇ ਇਹਨਾਂ ਦੀ ਕਲੈਕਸ਼ਨ ਕਿਉਂਕਿ ਇਹਨਾਂ ਨੇ ਬਹੁਤ ਵਧੀਆ ਆਫਰ ਲਗਾਈ ਹੋਈ ਆ 40-45% ਡਿਸਕਾਊਂਟ ਦੇ ਨਾਲ ਸੋ ਚਲੋ ਜੀ ਤੁਹਾਨੂੰ ਵੀ ਦਿਖਾਉਣੇ ਨਾਲ ਨਾਲ ਬਣੇ ਰਹੋ ਸਾਰੀ ਕਲੈਕਸ਼ਨ ਲਓ ਵੀ ਹੁਣ ਆਪਾਂ ਆ ਗਏ ਕਿਲੇ ਵਾਲਿਆਂ ਦੇ ਇੱਥੋਂ ਲੈਣੇ ਆਪਾਂ ਸੂਟ ਮੰਮੀ ਲਈ ਕੈਸੇ ਹੋ ਇਹ ਵੀ ਕਲਰ ਹਾਂ ਨੈਚੁਰਲ ਹੀ ਕਰੇਪ ਜੀ ਚ ਰਗੇਂਜਰ ਗੁੰਜਰ ਪਸੰਦ ਹੈ ਜਾਇ ਨਹੀਂ ਮਾਲ ਨਵਾਂ ਸਿਆਲ ਵਾਲਾ ਦੁਪੱਟਾ ਵੀ ਸੈਲੂ ਮਾਲ ਆਇਆ ਰਗੇਂਜਰ ਹੀ ਦੁਪੱਟਾ ਨਾਲ ਦੁਪੱਟਾ ਨਾਲ ਹੈ ਠੀਕ ਹੈ ਤੁਹਾਨੂੰ ਇਸ ਟਾਈਮ ਆਪਾਂ ਡਿਸਕਾਊਂਟ ਦਵਾਂਗੇ ਕਾਫੀ ਅੱਛਾ ਖਾਸਾ ਡਿਸਕਾਊਂਟ ਹੋਣਾ ਜੀ ਰੱਖੜੀ ਧਮਾਕਾ ਸੇਲ ਕਾਫੀ ਅੱਛਾ ਡਿਸਕਾਊਂਟ ਮਿਲ ਜਾਣਾ ਤੁਹਾਨੂੰ ਅਗਰ ਤੁਸੀਂ ਸ਼ਾਪ ਤੇ ਵਿਜ਼ਿਟ ਕਰਦੇ ਹੋ ਰੱਖੜੀ ਤੋਂ ਪਹਿਲਾਂ ਵਿਜ਼ਿਟ ਕਰ ਲਓ ਸ਼ਾਪ ਤੇ ਡਿਸਕਾਊਂਟ ਦਾ ਲੱਗਾ ਜੀ ਬਹੁਤ ਵਧੀਆ ਡਿਸਕਾਊਂਟ 40-45 ਹਾਂ ਜੀ ਓਕੇ 40-45% ਤੁਹਾਨੂੰ ਡਿਸਕਾਊਂਟ ਮਿਲੇਗਾ ਦੁਪੱਟਾ ਕਿੱਡਾ ਵੱਡਾ ਪੈਂਟ 4600 ਪ੍ਰਾਈਸ ਸੀ ਇਹਦਾ ਬਾਜੂ ਅੱਜ 2300 ਰੁਪਏ ਦਾ ਟੋਟਲੀ ਹੈਂਡ ਵਰਕ ਟੋਟਲੀ ਹੈਂਡ ਵਰਕ ਹੋਇਆ ਹੋਇਆ ਇਹਦੇ ਤੇ ਦੇਖੋ ਕੰਮ ਹੋਇਆ ਹੋਇਆ ਬਹੁਤ ਸੋਹਣਾ ਕੰਮ ਹੋਇਆ ਹੋਇਆ ਸਲਵਾਰ ਦੇ ਪੌਂਚੇ ਤੇ ਵੀ ਵਰਕ ਹੋਇਆ ਹੋਇਆ ਟੋਟਲੀ ਹੈਂਡ ਵਰਕ ਦਾ ਪੀਸ ਵਰਕ ਆ ਗਿਆ ਹੈਂਡ ਵਰਕ ਵੱਡਾ ਵੱਡਾ ਵਧੀਆ ਨੇ ਅਗਰ ਕੋਈ ਬਲੈਕ ਚ ਚਾਹਵਾ ਨਾ ਤਾਂ ਬਲੈਕ ਚ ਬਹੁਤ ਅੱਛਾ ਕਲੈਕਸ਼ਨ ਆਇਆ ਜੀ ਬਲੈਕ ਚ ਵੀ ਆ ਗਿਆ ਇਹ ਵੀ 50% ਤੇ ਜੀ ਬਲੈਕ 50% ਡਿਸਕਾਊਂਟ ਇਹ ਤੁਹਾਡਾ ਸਭ ਦਾ ਫੇਵਰਿਟ ਕਲਰ ਬਲੈਕ ਮੰਮੀ ਵਾਲੇ ਦਿਖਾ ਦਿਓ ਤੁਸੀਂ ਪੱਲੇ ਵਾਲੇ ਹੋਰ ਵੀਡੀਓ ਚੱਕਰ ਚ ਪੈ ਜੇ ਮੈਂ ਨਵਾਂ ਕੱਪੜਾ ਆਇਆ ਜੀ ਇਹ ਦੇਖੋ ਜੀ ਇੱਕ ਹੋਰ ਨਵਾਂ ਕੱਪੜਾ ਆਇਆ ਬੋਬੀ ਕੱਪੜੇ ਦੇ ਨਾਲ ਨਾਲ ਵੀ ਨੈਕ ਦਾ ਕਲੈਕਸ਼ਨ ਥੋੜਾ ਹੈਵੀ ਕਲੈਕਸ਼ਨ ਆਇਆ ਇਹ ਵੀ ਹੈਂਡ ਵਰਕ ਹੈ ਕੀ ਹੈਂਡ ਜੀ ਟੋਟਲ ਹੈਂਡ ਵਰਕ ਹੈ ਜੀ ਸ਼ਰਕਨ ਦਾ ਜੀ ਦੁਪੱਟੇ ਬਹੁਤ ਬੜੇ ਨੇ ਅਫਗਾਨੀ ਸਲਵਾਰ ਦੇ ਨਾਲ ਸ਼ਰਟ ਦੇਖ ਸਕਦੇ ਰੈਡੀਮੇਡ ਦੇ ਵਿਚ ਵੀ ਕਲੈਕਸ਼ਨ ਖੂਬ ਮਿਲ ਜਾਏਗੀ ਇਥੋਂ ਲਓ ਜੀ ਫਰਕਾਵਾਦੀ ਸੂਟ ਵੀ ਅੱਛੇ ਡਿਸਕਾਊਂਟ ਦੇ ਉੱਪਰ ਮਿਲੇਗਾ ਤੁਹਾਨੂੰ ਪ੍ਰਾਈਸ ਬਹੁਤ ਰੀਜ਼ਨੇਬਲ ਆ 2750
ਫਰਕਾਵਾਦੀ ਫੁੱਲ ਹੈਵੀ ਦੁਪੱਟਾ, ਦੁਪੱਟਾ ਬਹੁਤ ਸੋਹਣਾ ਹੈਵੀ ਬਣਿਆ ਹੋਇਆ ਸਾਰਾ ਬਾਜੀ ਮਾੜਾ ਮਾੜਾ ਗਿਰ ਮਿਲੇਗਾ ਕੋਈ ਵੀ ਕੰਪਰੋਮਾਈਜ਼ ਨਹੀਂ ਹੋਗਾ ਤੁਹਾਡੇ ਨਾਲ ਪ੍ਰਾਈਸਿੰਗ ਔਰ ਕੁਆਲਿਟੀ ਵਾਈਜ਼ ਬਿਲਕੁਲ ਪਰਫੈਕਟ ਕੁਆਲਿਟੀ ਮਿਲੇਗੀ ਜਿਹੜੇ ਪ੍ਰਾਈਸ 1300 ਰੁਪਏ ਦਾ ਕਲੈਕਸ਼ਨ ਜੀ ਲਓ ਜੀ ਹੁਣ ਆ ਗਈ ਇਹਨਾਂ ਕੋਲ ਕਾਟਨ ਦੀ ਕਲੈਕਸ਼ਨ ਮੈਨੂੰ ਤਾਂ ਬਲੈਕ ਦਾ ਤਾਂ ਸਾਰਾ ਟੱਬਰ ਸ਼ਕੀਨ ਮਿਰਰ ਵਰਕ ਤੇਰਾ ਮੂੰਹ ਨਾ ਮਹਿੰਗਾ ਹੋ ਜੂ ਲੈ ਸਕੋਰ ਪੈਂਦੀ ਹੈ ਵਾਓ ਕੀ ਪ੍ਰਾਈਸ ਆ 35 ਦੇਖ ਲੈ ਵੀ ਲੈ ਲੈ ਵੀ ਪੈਕ ਹੋ ਗਿਆ ਚਲੋ ਆਹ ਵਾਲਾ ਸੂਟ ਪਸੰਦ ਆਇਆ ਵੀ ਮੈਨੂੰ ਸੋਹਣਾ ਲੱਗਿਆ ਮੰਮੀ ਦਾ ਕਲਰ ਦਾ ਉਹ ਪੈਂਦਾ ਕਲਰ ਮੰਮੀ ਕੋ ਹੈਗਾ ਇਹ ਵਾਲਾ ਕਲਰ ਹੈ ਨਹੀਂ ਇਹਦੇ ਵਿੱਚ ਹੋਰ ਤਰਤਾਲੀ ਮੰਮੀ ਨੇ ਲੈਣਾ ਲਓ ਜੀ ਇੱਧਰ ਇਹਨਾਂ ਕੋਲ ਸਾਰੇ ਹੋਰ ਵੀ ਹੈਵੀ ਤੋਂ ਹੈਵੀ ਕਲੈਕਸ਼ਨ ਮਿਲ ਜੇਗੀ ਤੁਸੀਂ ਵੀ ਨੈਕ ਦੇ ਵਿੱਚ ਲੈਣਾ ਚਾਹੁੰਦੇ ਹੋ ਜਾਂ ਫਿਰ ਹੋਰ ਵੀ ਕੋਈ ਵੀ ਡਿਜ਼ਾਈਨ ਲੈਣਾ ਚਾਹੁੰਦੇ ਹੋ ਸਾਰੇ ਮਿਲ ਜਾਣਗੇ ਇਹਨਾਂ ਕੋਲ ਤੇ ਬਾਕੀ ਸਾਰੀ ਤਰ੍ਹਾਂ ਦੀ ਵਰਾਇਟੀ ਹੈ ਇਹਨਾਂ ਕੋਲ ਕਾਟਨ ਦੇ ਵਿੱਚ ਵੀ ਕਾਫੀ ਸਾਰਾ ਸਟੱਫ ਮਿਲ ਜੇਗਾ ਤੇ ਸਟਾਰਟਿੰਗ ਰੇਂਜ ਜਿਵੇਂ 400-500 ਦੇ ਸੂਟ ਦੇ ਵਿੱਚ ਵੀ ਕਾਫੀ ਕੁਛ ਮਿਲ ਜੇਗਾ ਪੱਗਾਂ ਵੀ ਮਿਲ ਜਾਣਗੀਆਂ ਕੁੜਤੇ ਪਜਾਮੇ ਦਾ ਕੱਪੜਾ ਵੀ ਸਪੈਸ਼ਲੀ ਮਿਲ ਜੇਗਾ ਇਹ ਸਾਰਾ ਇਹਨਾਂ ਕੋਲ ਲੱਗਿਆ ਹੋਇਆ ਕੁੜਤੇ ਪਜਾਮੇ ਦਾ ਫੈਬਰਿਕ ਹੋ ਗਿਆ ਸ਼ਰਟਸ ਦਾ ਹੋ ਗਿਆ ਸਾਰੇ ਤਰ੍ਹਾਂ ਦਾ ਫੈਬਰਿਕ ਇੱਥੋਂ ਤੁਹਾਨੂੰ ਜੈਂਟਸ ਦਾ ਮਿਲ ਜਾਏਗਾ ਬਾਕੀ ਦੁਪੱਟੇ ਵਗੈਰਾ ਹੋ ਗਏ ਵਾਈਟ ਕਲਰ ਦੇ ਵਿੱਚ ਚਾਹੀਦੇ ਉਹ ਵੀ ਮਿਲ ਜਾਏਗਾ ਲਾਈਨਿੰਗ ਪੱਗਾਂ ਸਭ ਫੈਬਰਿਕ ਇੱਥੇ ਮਿਲ ਜਾਏਗਾ ਤੁਹਾਨੂੰ ਕਾਟਨ ਦੇ ਸੂਟਸ ਵੀ ਬਹੁਤ ਜ਼ਿਆਦਾ ਨੇ ਬਾਕੀ ਕੰਟੈਕਟ ਨੰਬਰ ਵੀ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ 98-57-44-329 ਔਰ ਸ਼ੋਪ ਇਹ ਪੈ ਜਾਂਦੀ ਹੈ ਜੀ ਤੇਲੀਆਂ ਦਾ ਬਾਜ਼ਾਰ ਮਸਜਿਦ ਦੇ ਬਿਲਕੁਲ ਸਾਹਮਣੇ ਸ਼ੋਪ ਪੈ ਜਾਂਦੀ ਆ ਤੇਲੀਆਂ ਵਾਲੇ ਬਾਜ਼ਾਰ ਦੇ ਵਿੱਚ ਮਸਜਿਦ ਦੇ ਸਾਹਮਣੇ ਕਿਲਾ ਕਲੋਥ ਹਾਊਸ ਇੱਥੇ ਤੁਹਾਨੂੰ ਸਟਾਰਟਿੰਗ ਰੇਂਜ ਤੋਂ ਲੈ ਕੇ ਹੈਵੀ ਟੂ ਹੈਵੀ ਸੂਟ ਮਿਲ ਜਾਣਗੇ ਸਟਾਰਟਿੰਗ ਰੇਂਜ ਇਹਨਾਂ ਕੋਲ ਕਾਟਨ ਦੇ ਵਿੱਚ 500 ਤੋਂ ਸਟਾਰਟਿੰਗ ਰੇਂਜ ਹੋਊਗੀ ਥੱਕ ਗਿਆ ਤੂੰ ਕੱਪੜੇ ਦੇਖ ਕੇ ਅੱਜ ਇਹਦੀ ਸ਼ੋਪਿੰਗ ਸਾਰੀ ਡਨ ਹੋ ਗਈ ਹੈ ਲਓ ਵੀ ਪੂਰੀ ਸ਼ੋਪਿੰਗ ਕਰਕੇ ਆਪਾਂ ਚੱਲੇ ਹਾਂ ਹੁਣ ਘਰ ਵੱਲ ਨੂੰ ਸਾਰੀ ਸ਼ੋਪਿੰਗ ਬੈਗ ਭਰ ਭਰ ਕੇ ਆਪਾਂ ਕਰ ਲਈ ਹੈ ਤੇ ਤੁਸੀਂ ਵੀ ਜ਼ਰੂਰ ਆਓ ਸ਼ੋਪਿੰਗ ਕਰਨ ਦੇ ਲਈ ਕਿਲਾ ਕਲਾਥ ਹਾਊਸ ਸੋ ਚਲੋ ਜੀ ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਵਿੱਚ ਬਣੇ ਰਹੇ ਹੋ ਸਾਡੇ ਯੂਟਿਊਬ ਚੈਨਲ ਤੇ
ਲਓ ਜੀ ਖੂਬ ਸਾਰੀ ਸ਼ਾਪਿੰਗ ਕਰਕੇ ਆਪਾਂ ਚੱਲਿਆ ਮਲੇਰਕੋਟਲੇ ਤੋਂ ਵਾਪਸ ਘਰ ਨੂੰ। ਤੇ ਅੱਜ ਮੈਨੂੰ ਫੇਰ ਇੰਦਰਜੀਤ ਨੇ ਕਿੰਨੇ ਸੂਟ ਲੈ ਤੇ ਇੰਦਰਜੀਤ ਅੱਜ ਤੁਸੀਂ ਸੂਟ ਦੱਸੋ ਕਿੰਨੇ ਲੈ ਕੇ ਦਿੱਤੇ ਆ? ਕਿੰਨੇ ਲੈ ਤੇ? ਦੋ ਤਿੰਨ ਤਿੰਨ ਸੂਟ ਲੈ ਕੇ ਦਿੱਤੇ ਤੇ ਰੁਪਈਆ ਲੱਗ ਗਿਆ ਬਸ। ਕਿੰਨਾ ਲੱਗ ਗਿਆ ਇੱਕ ਦੇ ਨਾਲ? ਕਿੰਨੀਆਂ ਜੀਰੋ? ਦਸ ਹਜ਼ਾਰ ਅੱਠ ਸੌ ਤਿੰਨ ਸੂਟ ਇੰਨੇ ਦੇ ਆਏ ਆ, ਕੀ ਕਰੂ ਬੰਦਾ ਦੱਸ। ਚਲੋ ਕੋਈ ਨੀ, ਕਹਿੰਦਾ ਤੇਰੇ ਭਾਈ ਦਾ ਵਿਆਹ ਚੱਲ ਬੜੀ ਸ਼ੋਪਿੰਗ ਕਰਦਾ ਹੈ। ਭਾਈ ਕਿਹੜਾ ਰੋਜ਼ ਰੋਜ਼ ਵਿਆਹਣੇ ਨੇ? ਕਿਉਂ ਵੀ ਸ਼ੋਪਿੰਗ ਖਤਮ ਹੋ ਗਈ ਪਹਿਲਾਂ, ਇੱਧਰ ਗੱਲ ਕਰ ਸ਼ੋਪਿੰਗ ਖਤਮ ਹੋ ਗਿਆ। ਭਾਈ ਕਿਹੜਾ ਰੋਜ਼ ਰੋਜ਼ ਵਿਆਹਣੇ ਨੇ? ਸਹੀ ਗੱਲ ਆ ਨਾ, ਕਿੰਨੇ ਕਿੱਦਾਂ ਪੜ੍ਹਦੇ ਆ, ਜਾਇਆ ਜਾ ਕੰਮ ਕਰਦੇ ਆ।